ਬਠਾੜੂ ਆ ਸਾਰੀਆਂ ਬਠਾੜੂ ਪ੍ਰੀਤ ਵੀ ਆ ਕੋ ਕਰਦੀਆਂ ਲਾ ਰਹੀਆਂ ਪਰੋ ਜੀ ਚੈੱਕ ਮੇਲਾ ਜਾਂਦਾ ਐਪੀ ਨੂੰ लगी धुप कड़ाके भी अखा नहीं खुल दिया फसल दी जा राणिया उड़दिया और जाती अपने एरिए सैर मशीन सुल्तानपुर एरिए इन्होंने गांह चले जाना है भी आप जाना कोटे आप किशनगढ़ पहुंच चले बस सज्जनों बाबे की कृपा दे नाल आपां पहुंच चले अपने अड्डे ते रह गया अपना अड्डा 50 किलोमीटर इथों सारी रात कल भी रात पूरी लाई ते अज भी आपां रात पूरी लाई फुल बस रोटी पानी छकिया ते हुण आपां रुके सीगे पौने कु सत्त टाइम हो गया ते चाह लगे सी पीण बंदे कहिंदे चाह पी लईए भाजी माड़ा गर्म हो लईए जंट का फोन तो फोन आई जाता तो क्या काम चलन लग चली जाता थोड़ा थोड़ा छेदी आओ उधर ड्राइवर चाह बस तैयारी करवाई जाते हैं तो बाकी मशीन ने भी भाई जी वधिया साथ दिता अपना जो पिंडों तोरी आ करमाली ने एक मिनट भी जा कित खिल खिलार नहीं पाई ना कोई चाबी लवाई टापो टाप ही है 2200 चक्कर रेस की हुई उदा तो पर कित कि चलो ज्यादा कर भी ली दी कि 1800-1700 होते रखी दी है रश रुच हों चलो हम चाह चू पीने तो चलते आप अड्डे से लाने रील थले फिर चादर चुदर ला के करते हैं काम स्टार्ट बाबे का ना लैके वीडियो का बने रहो लो जी चाह रज रज कमली हो गई पतंदर हम लाता नहीं उपरों आप कप मिलना वा दसा रुपया का ये पंजाबियों का जिदा कहते दाड़ा दुड़ा ची रह जाती इन चाह तो अभी उन्होंने कहें भी चाह थोड़ी आओ कहता भी कॉम्पीटिशन वा ये इन्नी मिलनी है भाजी दो घुटा होनी लगभग या तीन हो तो वैन काल कल के करती उन्हें काली कंडे ते करती चाह जवान चलो पीने चाह फिर अगे चल के तेल पवा के पंप तो चलते टिकाने से लो भी सजनों बाबे की कृपा ना आपां अड्डे ते पहुंच गए ते आपां नूं दुकान मिल गई आ करियाने वाली सी दुकान बंद की थी मिल गई आपां नूं रहण वास्ते बंदे सफाई सफुई करी जाते हम समान ला के तो फिर आप करते हैं चालू हाँ टेबल मिल गया कि मुड़े हो कि लगा काम
ਕੰਮ ਠੀਕ ਹੈ ਠੀਕ ਹੈ ਜੀ ਠੀਕ ਹੈ ਵਧੀਆ ਠੀਕ ਹੈ ਕੰਮ ਫੇਰ ਦਾ ਝਾੜੂ ਚੰਗੀ ਤਰ੍ਹਾਂ ਲਾਈਟ ਲੂਟ ਦਾ ਫੁੱਲ ਪ੍ਰਬੰਧ ਕੀਤਾ ਆ ਕੰਡਾ ਰੱਖਤਾ ਉੱਪਰ ਖਾਣਿਆਂ ਦੇ ਵਿੱਚ ਸਮਾਨ ਟਕਾਵਾਂਗੇ ਇੱਥੇ ਆਪਾਂ ਟਕਾਵਾਂਗੇ ਚੁੱਲ੍ਹਾ ਮਾਤਾ ਰਾਣੀ ਨੂੰ ਕਰਾਂਗੇ ਜੀ ਇਹ ਰੁਪਈਏ ਮਿਲ ਗਏ 20 ਦਿਨ 20 ਮਿਲ ਗਏ ਧੁੱਪੇ ਪਾਲਾ ਲਓ ਜੀ ਸਮਾਨ ਟੈਗ ਗਿਆ ਆਪਣਾ ਸਾਰਾ ਉਧਰ ਸੰਦਾ ਕਰ ਇੱਥੇ ਦੂਜਾ ਤਾਂ ਜਾ ਕੇ ਬਣਾ ਲਿਆ ਮਸਾਲਾ ਆਲੂ ਵਾਲੇ ਲੱਗੇ ਪਰੌਂਠੇ ਲੈਣ ਅੱਜ ਸਮਾਨ ਵਧੀਆ ਢੰਗ ਨਾਲ ਟਕਾ ਲਿਆ ਮਾੜੇ ਜਿਗਾੜ ਵਧੀਆ ਮਿਲ ਗਿਆ ਕਿ ਹਾਂ ਕਰਦੇ ਆਲੂ ਛਕਾਂਗੇ ਹੁਣ ਬਣਾਉਂਦੇ ਹਾਂ ਪਰੌਂਠੇ ਕੱਢਦੇ ਚਿਪ ਫਿਗਰਾਂ ਪਰੌਂਠੇ ਖਾ ਕੇ ਕਰਦੇ ਹਾਂ ਕੰਮ ਸ਼ੁਰੂ ਲਓ ਵੀ ਸੱਜਣੋ ਬਾਬੇ ਦੀ ਕਿਰਪਾ ਦੇ ਨਾਲ ਕੰਮ ਆਪਣਾ ਉੱਥੇ ਧਨੀਏ 'ਤੇ ਹੋ ਗਿਆ ਸ਼ੁਰੂ ਅਤੇ ਆਪਾਂ ਜਲਦੀ ਵਾਪਸ ਆਉਣਾ ਸੀ ਇਸ ਕਰਕੇ ਵਲੋਗ ਬਣਾ ਨਹੀਂ ਸਕੇ ਅਤੇ ਪਿੱਛੇ ਆਪਣਾ ਆਲੂਆਂ ਦਾ ਕੰਮ ਵੀ ਸੀਗਾ ਅਤੇ ਨਾਲੇ 5 ਤਰੀਕ ਦੀ ਮੈਰਿਜ ਆ ਵੀ 6 ਤਰੀਕ ਨੂੰ ਵਾਪਸ ਜਾਵਾਂਗੇ ਟ੍ਰੇਨ 'ਚ ਰਾਤ ਫਿਰ ਆਪਾਂ ਆ ਗਿਆ ਸੀ 2 ਵਜੇ ਅਤੇ ਜਲੰਧਰੋਂ ਕੱਲ੍ਹ ਦੁਪਹਿਰੇ 2 ਵਜੇ ਆਏ ਸੀ ਜਲੰਧਰੋਂ ਜਾ ਕੇ ਫਿਰ ਕੜਾਹਾ ਲਿਆਂਦਾ ਆਪਾਂ ਗੁੜ ਕੱਢਣ ਲਈ ਅਤੇ ਨਾਲੇ ਹੁਣ ਗੁੜ ਦਾ ਕੰਮ ਕਰਾਂਗੇ ਸ਼ੁਰੂ ਪੂਣੀ ਕੱਢਣਗੇ ਗੁੜ ਅਤੇ ਅੱਜ ਆਪਾਂ ਕਰਦੇ ਹਾਂ ਪ੍ਰੀਤ ਮਸ਼ੀਨ ਦਾ ਪਾਉਂਦੇ ਹਾਂ ਥਰੈਸ਼ਰ ਇਹਨੂੰ ਵੀ ਕਰਦੇ ਹਾਂ ਰੈਡੀ ਅਤੇ ਫਿਰ ਉਦੋਂ ਬਾਅਦ ਆਪਾਂ ਟ੍ਰੇਨ 'ਤੇ ਵਾਪਸ ਜਾਵਾਂਗੇ ਇੱਕ ਮਸ਼ੀਨ ਦਾ ਹੀ ਕੰਮ ਤਕਰੀਬਨ ਹੈਗਾ ਆ ਦੋਵਾਂ ਦਾ ਹੈ ਨੀਗਾ ਇੱਕ ਮਸ਼ੀਨ ਜਾਣੀ ਆਪਣੀ 10-12 ਦਿਨ ਉੱਥੇ ਧਨੀਆ ਕੱਢ ਕੇ ਅਤੇ ਫਿਰ ਐਮ ਪੀ 7-8 ਤਰੀਕ ਨੂੰ ਕਣਕ 'ਤੇ ਜਾਊਗੀ ਕਣਕ ਵੱਢ ਕੇ ਅਤੇ ਫਿਰ ਬੂੰਦੀ ਕੋਟਾ ਲਾ ਕੇ ਅਤੇ ਵਾਪਸ ਆ ਜਾਵਾਂਗੇ ਅਤੇ ਥਰੈਸ਼ਰ ਪਾਉਣ ਲੱਗੇ ਉਹਦਾ ਪੈਟਰੋਲ ਮੁੱਕ ਹੀ ਜਾਣਾ ਤਾਂ ਥੁੱਕ ਦੀ ਜਨਤਾ ਭੈਣ ਚ ਮੁੜ ਕੇ ਸਾਰੇ ਮਿਸਤਰੀ ਇਕੱਠੇ ਹੋਏ ਆ ਹੁਣ ਥਰੈਸ਼ਰ ਪਾ ਕੇ ਤਾਂ ਫੇਰ ਮੁਰਗੇ ਦੀ ਦਵਾਉਣੇ ਆ ਬਾਂਗ ਮੁੰਡੇ ਨੇ ਚੱਲ ਜਾਣਾ ਹੋਲੈਂਡ ਨੂੰ ਰਾਜਸਥਾਨੇ ਪਾਏ ਮੁੰਡਾ ਹੋਲੈਂਡ ਦਾ ਪੀ ਆਰ ਇਹਨੇ ਚੱਲ ਜਾਣਾ 5 ਤਰੀਕ ਨੂੰ 6 ਨੂੰ ਆਪਾਂ ਚੱਲ ਜਾਣਾ ਐਮ ਪੀ ਨੂੰ ਅਤੇ ਥਰੈਸ਼ਰ ਥਰੂਸ਼ਰ ਪਵਾ ਕੇ ਇਹਨੂੰ ਸੁਣ ਰੈਡੀ ਕਰਕੇ ਖੜੀ ਕਰ ਦਿੰਦੇ ਹਾਂ ਫਿਰ ਹਰਿਆਣੇ ਜਾਊਗੀ ਬਸ ਥਰੈਸ਼ਰ ਹੀ ਪੈਣਾ ਬਾਕੀ ਸਾਰਾ ਕੰਮ ਓਕੇ ਆ